ਉਹ ਕਿਹੜਾ ਗੀਤ ਸੀ? ਉਹ ਗੀਤ ਸੀ ਦਿਲ ਦਾ ਮਾਮਲਾ, ਦਿਲ ਦਾ ਮਾਮਲਾ ਹੈ, ਮਾਮਲਾ ਗੜਬੜ ਹੈ, ਪੀੜ ਤੇਰੇ ਜਾਣ ਦੀ, ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ, ਸੱਜਣਾ ਵੇ ਨਹੀਂ ਉਹ ਝਗੜੇ ਕਰੀਂਦੇ, ਇੰਝ ਨਹੀਂ ਕਰੀਂਦੇ। ਇਹ ਗੀਤ ਜਦੋਂ ਮਤਲਬ ਪਹਿਲੀ ਵਾਰੀ ਆਏ, ਉਹਨਾਂ ਨੂੰ ਗੀਤਾਂ ਨੂੰ ਲੈ ਕੇ ਹੀ ਹਰੀਦੱਤ ਜੀ ਨੇ ਫਿਲਮ ਬਣਾ ਦਿੱਤੀ, ਮਾਮਲਾ ਗੜਬੜ ਹੈ। ਮਗਰ ਦਿਲ ਦਾ ਮਾਮਲਾ ਸੀ ਉਹਦਾ ਨਾਮ, ਮਗਰ ਦਿਲ ਦਾ ਮਾਮਲਾ ਮੇਹਰ ਮਿੱਤਲ ਜੀ ਨੇ, ਜਿਹੜੇ ਸਾਡੇ ਕਾਮੇਡੀਅਨ ਟੌਪ ਦੇ ਕਾਮੇਡੀਅਨ ਰਹੇ, ਉਹਨਾਂ ਨੇ ਆਪਣੇ ਨਾਮ 'ਤੇ ਰਜਿਸਟਰ ਕਰਵਾ ਲਿਆ ਕਿ ਮੈਂ ਫਿਲਮ ਬਣਾਉਣੀ, ਉਹਦਾ ਨਾਂ ਰੱਖੂੰਗਾ ਦਿਲ ਦਾ ਮਾਮਲਾ। ਹੁਣ ਸਾਨੂੰ ਹੁਣ ਨਾਂ ਨਾ ਸੋਚੇ ਇਸ ਫਿਲਮ ਦਾ, ਉਹ ਕਹਿੰਦੇ ਚਲੋ ਫਿਰ ਆਪਾਂ ਇਹ ਕਰਦੇ ਹਾਂ, ਦਿਲ ਦਾ ਮਾਮਲਾ ਤਾਂ ਨਹੀਂ ਮਿਲਿਆ, ਹੁਣ ਚਲੋ ਮਾਮਲਾ ਗੜਬੜ ਲੱਗਦੇ। ਉਹ ਫਿਰ ਉਹਦੇ 'ਚ ਸਾਰੇ ਗਾਣੇ ਜਿਹੜੇ ਮੇਰੇ ਪ੍ਰਚਲਿਤ ਸੀਗੇ, ਮਸ਼ਹੂਰ ਸੀ, ਉਹ ਟਰੱਕਾਂ ਵਾਲੇ, ਉਹ ਜਿਹੜੇ ਮੈਂ ਟਰੱਕ ਲੋਡ ਹੁੰਦੇ ਸੀ ਅਤੇ ਵਿਖ ਜਾਂਦੇ ਸੀਗੇ। ਬੜੀ ਕਿਰਪਾ ਸੀ ਗੁਰੂ ਮਹਾਰਾਜ ਦੀ, ਜਦੋਂ ਮੋਹਰ ਲੱਗਦੀ ਹੈ ਨਾ ਉਹਦੀ ਸੱਚੀ ਸਰਕਾਰ ਦੀ, ਸੌ ਰੱਬ ਦੀ ਬਲੀ ਨਹੀਂ ਹੋ ਸਕਦਾ ਜਦ ਤੱਕ ਲੱਗਦੀ ਮੋਹਰ ਸਰਕਾਰ ਦੀ। ਸੋ ਮੋਹਰ ਐਸੀ ਲੱਗੀ ਵੀ ਦਿਲ ਦੇ ਮਾਮਲੇ ਦੇ ਉੱਤੇ, ਕਿਉਂਕਿ ਦੂਰਦਰਸ਼ਨ ਤੋਂ ਸ਼ੁਰੂ ਹੋਇਆ ਬਾਬਾ ਜੀ, ਮੇਰਾ ਦੂਰਦਰਸ਼ਨ ਜਿਹੜਾ ਅਕੀਦਾ ਹੈ, ਮੇਰੀ ਬੰਦਗੀ ਹੈ, ਪੂਜਾ ਹੈ, ਪਾਠ ਹੈ, ਕਿਉਂਕਿ ਉੱਥੋਂ ਹੀ ਤਾਂ ਮੇਰਾ ਸ਼ੁਰੂਆਤ ਹੋਇਆ ਸੀ। ਮੈਂ ਅਜੇ ਵੀ ਜਦੋਂ ਜਾਂਦਾ ਉੱਥੇ ਪਹਿਲਾਂ ਨਮਸਕਾਰ ਉਹਦੀ ਦੇਹੜੀ ਨੂੰ ਕਰਦਾ, ਉਹਦੀ ਦੇਹਲੀ 'ਤੇ ਮੱਥਾ ਟੇਕਦਾ ਕਿ ਇਸ ਜਗ੍ਹਾ ਤੋਂ ਮੇਰੀ ਰੋਟੀ ਰੋਜ਼ੀ ਸ਼ੁਰੂ ਹੋਈ, ਇਸ ਰੋਟੀ ਤੋਂ ਇਸ ਜਗ੍ਹਾ ਤੋਂ ਮੈਨੂੰ ਮਾਣ ਸਤਿਕਾਰ ਮਿਲਿਆ। ਇਹ ਚੀਜ਼ਾਂ ਮਤਲਬ ਉਸ ਵੇਲੇ ਦੀਆਂ ਮੈਂ ਹੁਣ ਬਿਆਨ ਨਹੀਂ ਕਰ ਸਕਦਾ, ਕਿਉਂਕਿ ਟਰੱਕ ਜਿਹੜੇ ਜਾਂਦੇ ਸੀਗੇ ਉਹ ਕੈਸਟ ਜਿਹੜੀ ਹੁੰਦੀ ਸੀ ਉਹਦਾ ਕੈਸਟ ਦਾ ਸਵਾਲ ਬੜਾ ਹੁੰਦਾ, ਕਿਤੇ ਟੇਢੀ ਵੀ ਹੋ ਜਾਂਦੀ ਸੀ, ਫਿਰ ਪੈਨਸਲ ਪਾ ਕੇ ਨਾ ਵਿੱਚ।